ਅੱਜੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੋਨਣਾ ਜੀ ਤੁਸੀਂ ਕੁਲਜੀਤ ਸਿੰਘ ਦੇ ਨਾਲ ਤੁਹਾਡਾ ਆਪਣਾ ਫੇਵਰਟ ਜਨਰਲ ਇਧਾ ਪੰਜਾਬੀ ਅੱਜ ਦੀਆਂ ਖਬਰਾਂ ਦੇ ਵੱਲ ਚੱਲਣ ਤੋਂ ਪਹਿਲਾਂ ਇੱਕ ਵਾਰ ਫਿਰ ਨਿਗਾਹ ਮਾਰਦੇ ਹਾਂ ਕੱਲ 20648 ਨਵਾਂ ਕੇਸ ਆਇਆ ਸੀ 13642 ਜਿਹੜੇ ਮਰੀਜ਼ ਸਨ ਠੀਕ ਹੋਏ ਸਨ ਅੱਗੇ 541 ਮਰੀਜ਼ਾਂ ਦੀ ਮੌਤ ਹੋਈ ਸੀ ਅਫਸੋਸਜਨਕ ਪਰ ਜੇਕਰ ਅਸੀਂ ਲਾਸਟਲੇ 30 ਦਿਨਾਂ ਨੂੰ ਮੱਦੇਨਜ਼ਰ ਰੱਖ ਕੇ ਚੱਲੀਏ ਲਾਸਟਲੇ 30 ਦਿਨਾਂ ਦੇ ਵਿੱਚ 8953 ਨਵੇਂ ਕੇਸ ਸਾਹਮਣੇ ਆਏ ਸੀ ਜਿਨ੍ਹਾਂ ਦੇ ਵਿੱਚੋਂ 22712 ਤਾਂ ਉਹਪੇਰਾਤੋਰੀ ਸੈਨੀਟਰੀ ਸੀ ਉਹਪੇਰਾਤੋਰੀ ਸੈਨੀਟਰੀ ਕੌਣ ਹੁੰਦੀ ਹੈ ਜਿਹੜੇ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਉਹਪੇਰਾਤੋਰੀ ਸੈਨੀਟਰੀ ਕਹਿੰਦੇ ਆ ਜਾਂ ਫਿਰ ਹੋਰ ਜਿਹੜੇ ਹੁੰਦੇ ਆ ਕਿਸੇ ਵੀ ਤਰ੍ਹਾਂ ਜਿਹੜੇ ਹਸਪਤਾਲ ਦੇ ਨਾਲ ਸੰਬੰਧਿਤ ਨੇ ਤੇ ਪੂਰੇ 1 ਮਹੀਨੇ ਦੇ ਵਿੱਚ 12904 ਮਰੀਜ਼ਾਂ ਦੀ ਮੌਤ ਹੋਈ ਤੇ ਜੇਕਰ ਠੀਕ ਕਰਨ ਹੋਣ ਦੀ ਗੱਲ ਕਰੀਏ ਤਾਂ 1 ਮਹੀਨੇ ਚ ਜੇ 8953 ਕੇਸ ਆਇਆ ਤਾਂ 3 ਲੱਖ 4500 31 ਮਰੀਜ਼ ਠੀਕ ਵੀ ਹੋਏ ਨੇ 1 ਮਹੀਨੇ ਦੇ 1 ਮਹੀਨੇ ਦੇ ਵਿੱਚ ਤੇ ਜੇ ਸਭ ਤੋਂ ਜ਼ਿਆਦਾ ਦੇਖੀਏ ਕਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੋਈ ਹੈ ਜੀ ਸਭ ਤੋਂ ਜ਼ਿਆਦਾ ਜਿਹੜੀ ਐਸ ਵਾਰ ਜਿਹੜਾ ਹੁਣ ਹੋਇਆ ਜੀ ਸਭ ਤੋਂ ਵੱਧ ਸੀਗੇ ਫੈਮਿਨਿਔਰਤਾਂ ਐਸ ਵਾਰ ਜ਼ਿਆਦਾ ਸਭ ਤੋਂ ਪੋਜ਼ਿਟਿਵ ਹੋਈਆਂ ਪਹਿਲੇ ਦੇ ਵਿੱਚ ਬੰਦੇ ਹੁੰਦੇ ਸੀ ਪਰ ਐਸ ਵਾਰ ਜਿਹੜੀਆਂ 58% ਦੱਸਿਆ ਜਾ ਰਿਹਾ ਜੀ ਔਰਤਾਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 11% ਦੀ ਉਮਰ ਆ ਜਿਹੜੀ 18 ਸਾਲ ਆ ਤੇ 15% ਉਹ ਨੇ ਜਿਨ੍ਹਾਂ ਦੀ ਉਮਰ 70 ਸਾਲ ਤੋਂ ਜ਼ਿਆਦਾ ਹੈ। ਬਾਕੀ ਜਿਹੜੀ ਪਰਸੈਂਟੇਜ ਜੀ ਉਹ ਸਾਰੀ ਸਾਰੀ 51 ਤੋਂ 70 ਸਾਲ ਦੀ ਹੈ। ਯਾਨੀ ਕਹਿਣ ਦਾ ਮਤਲਬ ਸਭ ਤੋਂ ਵੱਧ ਖਤਰੇ ਵਾਲਾ ਜਿਹੜਾ ਏਜ ਦੱਸੀ ਜਾ ਰਹੀ ਹੈ ਜੀ ਸਭ ਤੋਂ ਜ਼ਿਆਦਾ ਖਤਰੇ ਵਾਲੀ ਉਹ ਹੈਗੀ 30-40 ਤੋਂ ਉੱਤੇ ਵਾਲੀ ਜਿਹੜੀ ਏਜ ਆ ਸਭ ਤੋਂ ਵੱਧ ਉਹਦੇ ਵਿੱਚ ਹੀ ਦੇਖਣ ਨੂੰ ਮਿਲਣੇ। ਇਟਲੀ ਦੇ ਵਿੱਚ ਜੇ ਡਾਕਟਰਾਂ ਦੀ ਗੱਲ ਕਰੀ ਉਹ ਫਿਰ ਤੁਰੇ ਸੰਨੀਦਾਰੀ ਇਸ ਕਰੀਏ ਜਿੱਦਾਂ ਜਿੰਨੇ ਬੰਦੇ ਉਹਨਾਂ ਦੇ ਨਾਲ ਸਹਿਯੋਗੀ ਨੇ ਜਿਹੜੇ ਕੰਮ ਕਰਦੇ ਨੇ ਤੇ ਜੇ ਡਾਕਟਰਾਂ ਦੀ ਗੱਲ ਕਰੀ ਤਕਰੀਬਨ 221 ਡਾਕਟਰ ਹੁਣ ਤੱਕ ਗਿਣਤੀ ਦੇ ਵਿੱਚ ਆ ਚੁੱਕੇ ਨੇ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਇਸ ਵਾਇਰਸ ਦੇ ਕਾਰਨ ਅਤੇ ਇੱਕ ਹੋਰ ਨਵੀਂ ਰਿਸਰਚ ਕੀਤੀ ਗਈ ਹੈ ਜੀ ਰਿਸਰਚ ਕੀ ਆਪਣੇ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਕਿ ਪਹਿਲਾਂ ਤੋਂ ਹੀ ਇਸ ਗੱਲ ਨੂੰ ਮਾਨਤਾ ਦਿੱਤੀ ਗਈ ਸੀ ਕਿ ਗਰਮੀਆਂ ਦੇ ਵਿੱਚ ਇਹ ਵਾਇਰਸ ਖਤਮ ਹੋ ਜਾਣਾ ਗਰਮੀ ਤੋਂ ਬਾਅਦ ਇਹ ਵਾਇਰਸ ਹੋਣਾ ਹੀ ਨਹੀਂ ਪਰ ਹੁਣ ਇੱਕ ਨਵੀਂ ਜੋ ਰਿਸਰਚ ਸਾਹਮਣੇ ਆਈ ਹੈ ਜੀ ਉਸ ਰਿਸਰਚ ਦੇ ਵਿੱਚ ਇਟਲੀ ਦੀ ਹੈ ਜਿਹੜੀ ਦੀ ਪਰਟੀਮੈਂਟੋ ਦੀ ਮਾਲਾਤੀ ਇਨਫੇਕਟਿਵੇ ਦੇ ਲਿਸਟੂ ਦੇ ਲਿਸਟਿਟੂ ਸੁਪਰੀਓਰੀ ਦੀ ਸਾਨੀਤਾ ਆਈਐਸਐਸ ਵੱਲੋਂ ਇੱਕ ਵੱਡਾ ਬਿਆਨ ਆਇਆ ਜੀ ਉਹ ਕਹਿ ਰਹੇ ਨੇ ਕਿ ਗਰਮੀ ਦੇ ਵਿੱਚ ਇਹ ਜੋ ਵਾਇਰਸ ਹੁੰਦਾ ਨਾ ਇਹ ਖਤਮ ਨਹੀਂ ਹੁੰਦਾ ਪਰ ਗਰਮੀ ਦੇ ਵਿੱਚ ਇਹ ਵਾਇਰਸ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਜਾਂਦਾ ਤੇ ਸਰਦੀਆਂ ਦੇ ਵਿੱਚ ਇਹ ਵਾਇਰਸ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਇਹ ਤਾਕਤਵਰ ਹੋ ਜਾਂਦਾ ਤਕਰੀਬਨ ਇਹ ਕਮਜ਼ੋਰ 20 ਤੋਂ 25 ਡਿਗਰੀ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਜਿਨ੍ਹਾਂ ਕੰਟਰੀਆਂ ਦੇ ਵਿੱਚ 30 40 ਡਿਗਰੀ ਟੈਂਪਰੇਚਰ ਉਹਨਾਂ ਦੇ ਵਿੱਚ ਤਾਂ ਹੀ ਜਿਹੜਾ ਚਾਂਸ ਘੱਟ ਹੁੰਦੇ ਨੇ ਇਸ ਕਰਕੇ ਹੀ ਜਿਹੜੀ ਸਰਕਾਰ ਆ ਇਹ ਕਹਿ ਰਹੀ ਹੈ ਜੀ ਹੁਣ ਸਿਆਲ ਦੇ ਦਿਨਾਂ ਸਿਆਲ ਦੇ ਦਿਨਾਂ ਦੇ ਵਿੱਚ ਜਿਹੜੀ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦਾ ਇਸ ਕਰਕੇ ਇਹਦਾ ਤੁਸੀਂ ਧਿਆਨ ਰੱਖੋ ਜੀ ਕੋਵਿਡ ਦੇ ਕਾਰਨ ਬਹੁਤ ਅੱਜਕੱਲ ਗੱਲਾਂ-ਵਾਤਾਂ ਹੋ ਰਹੀਆਂ ਨੇ ਕਿਸੇ ਬੰਦੇ ਦਾ ਟੈਸਟ ਗਲਤ ਹੋ ਰਿਹਾ ਹੈ ਕੋਈ ਬੰਦਾ ਨੈਗੇਟਿਵ ਆ ਜਾਂਦਾ ਕੋਈ ਬੰਦਾ ਪੋਜ਼ੀਟਿਵ ਆ ਜਾਂਦਾ ਪਰ ਇੱਕ ਹੋਰ ਨਵੀਂ ਸਕੀਮ ਕੱਢੀ ਜਾ ਰਹੀ ਹੈ ਜੀ ਨਵੀਂ ਸਕੀਮ ਕਿਹੜੀ ਹੈ ਜੀ ਤਕਰੀਬਨ 140 ਪੇਸ਼ਟਾਂ ਉੱਤੇ ਟੈਸਟ ਕੀਤੀ ਗਏ ਸੀ ਉਹਨਾਂ ਦੇ ਵਿੱਚੋਂ 20% 20% ਬੰਦਿਆਂ ਨੂੰ ਇਸ ਨਵੇਂ ਪ੍ਰੋਜੈਕਟ ਦੇ ਨਾਲ ਲੱਭਿਆ ਗਿਆ ਇਹ ਕੀ ਹੈ ਜੀ ਇਕੋਗ੍ਰਾਫੀ ਹੈ ਇਕੋਗ੍ਰਾਫੀ ਹੈ ਪਲਮੋਨੀ ਫੇਫੜਿਆਂ ਦਾ ਜੇਕਰ ਇਕੋਗ੍ਰਾਫੀ ਕੀਤਾ ਜਾਵੇ ਤਾਂ ਇਹਦੇ ਨਾਲ ਪਤਾ ਲੱਗ ਜਾਂਦਾ ਜੀ ਕਿ ਬੰਦਾ ਕੋਵਿਡ ਦਾ ਸ਼ਿਕਾਰ ਹੋ ਚੁੱਕਾ ਹੈ ਜਾਂ ਨਹੀਂ ਹੋ ਚੁੱਕਾ ਇਦਾਂ ਕਿਉਂ ਕਹਿ ਰਹੇ ਜੀ ਕਿਉਂਕਿ 140 ਦੇ ਵਿੱਚੋਂ ਕੁਝ ਬੰਦੇ ਇਦਾਂ ਦੇ ਸੀਗੇ ਜਿਨ੍ਹਾਂ ਦੇ ਨੈਗੇਟਿਵ ਆ ਸੀ ਜਿਹੜਾ ਪ੍ਰੀਮ ਤਮ ਪ੍ਰੀਮੋ ਤਮ ਪੋਨੇ ਕੀਤਾ ਗਿਆ ਹੀ ਪਹਿਲਾ ਟੈਸਟ ਕੀਤਾ ਗਿਆ ਹੋਰ ਨੈਗੇਟਿਵ ਆ ਗਿਆ ਸੀ ਜਦੋਂ ਡਾਕਟਰਾਂ ਨੇ ਇਕੋਗ੍ਰਾਫੀਆ ਕੀਤਾ ਫੇਫੜਿਆਂ ਦਾ ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਪਾਇਆ ਕਿ ਇਹ ਬੰਦਾ ਹੋ ਚੁੱਕਾ ਹੈ ਜੀ ਕੋਵਿਡ ਦਾ ਸ਼ਿਕਾਰ ਹੋ ਚੁੱਕਾ ਹੈ ਇਸ ਕਰਕੇ ਫਿਲਹਾਲ ਹੈ ਸਿਰਫ 20% ਹੀ ਤੱਕ ਦੱਸਿਆ ਜਾ ਰਿਹਾ ਹੈ ਕਿ ਹੋ ਸਾਧਾਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਸਟੱਡੀ ਕੀਤਾ ਜਾਵੇ ਤੇ ਲਿਗੂਰੀਆ ਨੇ ਸਰਕਾਰ ਦੇ ਮੋਰੇ ਇੱਕ ਨਵਾਂ ਪ੍ਰਸਤਾਵ ਰੱਖਿਆ ਨਵਾਂ ਪ੍ਰੋਜੈਕਟ ਕੀਤਾ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਪੀੜਾ ਜ਼ੋਨ ਨਾ ਸੰਘਤਰੀ ਜ਼ੋਨਾਂ ਤੇ ਲਾਲ ਜ਼ੋਨ ਹੁਣ ਇਹ ਕਹਿ ਰਹੇ ਨੇ ਜੀ ਇੱਕ ਸਫੇਦ ਜ਼ੋਨ ਚਿੱਟਾ ਜ਼ੋਨ ਵੀਰ ਬਣਾਓ ਜਿਹਦੇ ਵਿੱਚ ਪਾਬੰਦੀਆਂ ਜਿਹੜੀਆਂ ਥੋੜੀਆਂ ਘਟ ਜਾਣ ਜੀ ਫਰਾਂਸ ਤੋਂ ਇੱਕ ਬਹੁਤ ਵੱਡਾ ਅਪਡੇਟ ਆ ਰਿਹਾ ਜੀ ਕਹਿ ਰਹੇ ਨੇ ਕਿ ਫਰਾਂਸ ਦੇ ਵਿੱਚ ਜਿਹੜੀ ਪਹਿਲ ਦਿੱਤੀ ਜਾਊਗੀ ਬਜ਼ੁਰਗਾਂ ਨੂੰ ਦਿੱਤੀ ਜਾਊਗੀ ਤੇ ਬਜ਼ੁਰਗ ਜਿਹੜੇ ਜਿਹੜੇ ਆਪਣੇ ਬਿਰਧ ਆਸ਼ਰਮ ਕਾ ਸਕਦੀ ਰਿਪੋਸ ਜਾਂ ਫਿਰ 올ਡਰ ਹੋਮ ਜਿਹਨਾਂ ਨੂੰ ਅਸੀਂ ਕਹਿੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਹੁੰਦੇ ਨੇ ਆਲਤੋ ਆਦੀ ਜਿਹਦੇ ਵਿੱਚ ਜੇ ਅਸੀਂ ਗੱਲ ਕਰੀ ਅੱਜ ਸਕੂਲ ਖੁੱਲ ਗਏ ਨੇ ਦੁਕਾਨਾਂ ਖੁੱਲ ਗਈਆਂ ਨੇ ਕਾਫੀ ਤਕਰੀਬਨ 8 ਲੱਖ ਸਟੂਡੈਂਟ ਆ ਜੀ ਜਿਹੜਾ ਅੱਜ ਇਟਲੀ ਦੇ ਵਿੱਚ ਸਕੂਲਾਂ ਦੇ ਵਿੱਚ ਵਾਪਸ ਪਰਤਿਆ ਜੀ ਬਿਊਟੀ ਪਾਰਲਰ ਹੋ ਗਏ ਆ ਆਲਤੋ ਆਦੀ ਜਿਹਦੇ ਵਿੱਚ ਤੇ ਪਾਰੂਕੀਏ ਦੇ ਹੋ ਗਏ ਸਾਰਿਆਂ ਨੇ ਜਿਹੜੀਆਂ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਸੀ ਇਹ ਖੋਲ ਲਈਆਂ ਜੇ ਜਰਮਨ ਦੀ ਗੱਲ ਕਰੀਏ ਜਰਮਨ ਦੇ ਵਿੱਚ 11169 ਨਵਾਂ ਕੇਸ 125 ਮਰੀਜ਼ਾਂ ਦੀ ਮੌਤ ਹੋਈ ਹੈ ਜੀ ਲਾਸਟਲੀ 24 ਘੰਟਿਆਂ ਦੇ ਵਿੱਚ ਤੇ ਬੀਚੇ ਮინისტრੋ ਜਿਹੜੇ ਸਲੇਰੀ ਜੀ ਆ ਇਹਨਾਂ ਦਾ ਵੀ ਇੱਕ ਹੈਲਥ ਜਿੱਦਾਂ ਰੋਵੈਰਟਸ ਪਰਾਂਸਾ ਜੀ ਤਾਂ ਮੇਨ ਮਿਨਿਸਟਰ ਨੇ ਉਹਨਾਂ ਦੇ ਵਾਈਸ ਮਿਨਿਸਟਰ ਆ ਜੀ ਆਪਣਾ ਪੀਅਰ ਪਾਰਲੋਸੀਨਰੀਓ ਕਹਿ ਰਹੇ ਨੇ ਜੀ ਆਪਾਂ ਹਰ ਇੱਕ ਮੌਮਕਨ ਕੋਸ਼ਿਸ਼ ਕੋਸ਼ਿਸ਼ ਕਰਾਂਗੇ ਕੀਤੀ ਜਾਏਗੀ ਕਿ ਜਿਹੜਾ ਨਤਾਲੇ ਨੂੰ ਜਿੰਨਾ ਹੋ ਸਕੇ ਸੇਫ ਬਣਾਇਆ ਜਾ ਸਕੇ ਲੋਕਾਂ ਨੂੰ ਹੋਸਾ ਦਾ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਜਾਣ ਦੇ ਵਿੱਚ ਪਾਬੰਦੀਆਂ ਲਾਈਆਂ ਜਾਣ ਜੀ तकरीबन ਪਹਿਲਾ ਸ਼ਾਇਦ 8 ਲੱਖ ਆ ਹੋਗੇ 7 ਲੱਖ ਸਟੂਡੈਂਟ ਆ ਜੀ 719000 ਐਗਜ਼ੈਕਟ ਜੇ ਅਸੀਂ ਗੱਲ ਕਰੀਏ ਸਟੂਡੈਂਟ ਜੋ ਅੱਜ ਸਕੂਲਾਂ ਦੇ ਵਿੱਚ ਵਾਪਸ ਗਏ ਨੇ ਜੀ ਇੰਗਲੈਂਡ ਵੱਲੋਂ ਇੱਕ ਹੋਰ ਨਵਾਂ ਅਪਡੇਟ ਆ ਰਿਹਾ ਜੀ ਉਹ ਕਹਿ ਰਹੇ ਨੇ ਜੇਕਰ ਪਾਬੰਦੀਆਂ ਹਟਾਈਆਂ ਗਈਆਂ ਤਾਂ ਪਾਬੰਦੀਆਂ ਹਟਾਉਣ ਤੋਂ ਬਾਅਦ ਜਿੱਦਾਂ ਹੋਣਾ ਦੂਜੀ ਲਹਿਰ ਚੱਲ ਲਈਏ ਤਾਂ ਤੀਜੀ ਲਹਿਰ ਵੀ ਜ਼ਰੂਰ ਆਉਗੀ ਕਿਉਂਕਿ ਅ ਕ੍ਰਿਸਮਸ ਅਤੇ ਨਵੇਂ ਸਾਲ ਉਤੇ ਜਿੰਨੇ ਇਕੱਠ ਹੋਣੇ ਆ ਉਹਨਾਂ ਇਕੱਠਾਂ ਤੋਂ ਬਾਅਦ ਜਿਹੜੀ ਗਿਣਤੀ ਵਧਣੀ ਆ ਉਹ ਗਿਣਤੀ ਆ ਦੂਜੀ ਲਹਿਰ ਤੋਂ ਵੀ ਵੱਧ ਹੋ ਸਕਦੀ ਹੈ ਜੀ ਤੇ ਸਾਸਰੀ ਦੇ ਵਿੱਚ ਸਾਸਰੀ ਦੇ ਵਿੱਚ ਫਿਰ ਬੰਦਿਆਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ ਵਿੱਚ 31 ਨੂੰ ਜੁਰਮਾਨਾ ਕੀਤਾ ਗਿਆ ਕਿਉਂਕਿ ਉਹਨਾਂ ਤੇ ਕੇਸ 17 ਲਾਗੂ ਹੋਈ ਆ ਜੀ ਅਸੈਂਬਰਾਮਨ ਤੋਂ ਤੇ ਕਿ ਉਹਨਾਂ ਨੇ ਇਕੱਠ ਕੀਤਾ ਸਰਕਾਰ ਕਹਿ ਰਹੀ ਹੈ ਕਿ ਇਕੱਠ ਜਿਹੜਾ ਨਹੀਂ ਕਰਨਾ ਤੇ ਉਹਨਾਂ ਨੇ ਬਿਨਾ ਮਾਸਕ ਤੋਂ ਪ੍ਰੋਟੈਸਟ ਕਰ ਰਹੇ ਆ ਤੇ ਇੱਕ ਹੋਰ ਬਹੁਤ ਵੱਡੀ ਬਿਗ ਨਿਊਜ਼ ਅਸੀਂ ਕਹਿ ਸਕਦੇ ਹਾਂ ਜੀ ਮੋਡਰਨਾ ਦੀ ਜਿਹੜੀ ਵੈਕਸੀਨ ਸਾਨੂੰ ਪਤਾ ਕਿ ਮੋਡਰਨਾ ਦੀ ਵੈਕਸੀਨ ਤਕਰੀਬਨ 94 ਤੋਂ ਲੈ ਕੇ 94 94 ਤੋਂ ਲੈ ਕੇ 94.5% ਤੱਕ ਕੰਮ ਕਰਦੀ ਹੈ ਤੇ ਪਰ ਕਿਸ ਬਹੁਤ ਵਾਰ ਇਦਾਂ ਵੀ ਨਹੀਂ ਦੱਸਿਆ ਕਿ ਕਿਸੇ ਕਿਸੇ ਕਾਰਨ ਦੇ ਵਿੱਚ 100% ਵੀ ਉਹਨਾਂ ਦੀ ਜਿਹੜੀ ਹੈ ਇਹ ਵੈਕਸੀਨ ਕੰਮ ਕਰ ਰਹੀ ਹੈ ਜੀ ਉਹਨਾਂ ਨੇ 196 ਕੇਸਾਂ ਨੂੰ ਦੇਖਿਆ ਤੀਸਰੇ ਟਰਾਇਲ ਦੇ ਵਿੱਚ 100% ਉਹ ਦੱਸ ਨਹੀਂ ਰਿਜ਼ਲਟ ਉਹਨਾਂ ਨੂੰ ਮਿਲ ਰਹੇ ਨੇ ਤੇ ਅੱਜ ਉਹਨਾਂ ਨੇ ਆਪਣੇ ਯੂਰਪੀਕੀ ਕਮਿਊਨਿਟੀ ਤੋਂ ਜਿਹੜੀਆਂ ਦਵਾਈਆਂ ਨੂੰ ਜਿਹੜੇ ਅਪਰੂਵ ਕਰਦੇ ਹੁੰਦੇ ਉਹਨਾਂ ਤੋਂ ਰਿਕਵੈਸਟ ਕਰਨਾ ਕਿ ਉਹਨਾਂ ਦੀ ਜਿਹੜੀ ਦਵਾਈ ਆ ਉਹਨੂੰ ਛਾਪਣ ਦੇ ਲਈ ਉਹਨਾਂ ਨੂੰ ਵਿੱਚ ਉਹਨਾਂ ਨੂੰ ਬਣਾਉਣ ਦੇ ਲਈ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਜਿੰਨਾ ਚਿਰ ਅਪਰੂਵਲ ਨਹੀਂ ਮਿਲਦਾ ਉਹਨਾਂ ਟਾਈਮ ਉਹ ਆਪਣੀ ਜਿਹੜੀ ਦਵਾਈ ਜਾਂ दारू ਇਟਲੀ ਦੇ ਵਿੱਚ ਯੂਰਪ ਦੇ ਵਿੱਚ ਨਹੀਂ ਨਹੀਂ ਵੇਚ ਸਕਦੇ ਮੋਨਜ਼ਾ ਦੇ ਵਿੱਚ ਇੱਕ ਆਦਮੀ ਨੂੰ ਮਾਰਿਆ ਜੀ ਮੀਨੋ ਦੇ ਨਿਰਨ ਦੋ ਅਨਾਵਾਲਕ ਬੱਚਿਆਂ ਨੇ 42 ਸਾਲ ਦੇ ਇੱਕ ਬੰਦੇ ਨੂੰ ਚਾਕੂ ਮਾਰ-ਮਾਰ ਕੇ ਮਾਰਤਾ 20 ਚਾਕੂ ਮਾਰੇ ਗਏ ਨੇ ਜੀ ਉਹਦੇ ਤੇ ਜਦੋਂ ਬੱਚਿਆਂ ਦਾ ਬਿਆਨ ਲਿਆ ਗਿਆ ਤਾਂ ਉਸ ਬਿਆਨ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਜੋ ਬੰਦਾ ਸੀ 42 ਸਾਲ ਦਾ ਸਾਰਿਆਂ ਨੂੰ ਨਸ਼ਾ ਸਪਲਾਈ ਕਰਦਾ ਸੀ ਤੇ ਉਹਨਾਂ ਨੂੰ ਵੀ ਨਸ਼ਾ ਸਪਲਾਈ ਕਰਦਾ ਸੀ ਜਿਸ ਕਾਰਨ ਉਹਨਾਂ ਨੇ ਬਦਲੇ ਦੇ ਤੌਰ ਤੇ ਹੋਰ ਇਹ ਬੰਦਿਆਂ ਨੂੰ ਨਸ਼ੇ ਤੇ ਨਾ ਲਾਵੇ ਬਦਲੇ ਦੇ ਤੌਰ ਤੇ ਉਸ ਆਦਮੀ ਨੂੰ ਮਾਰ ਦਿੱਤਾ ਆਈਫੋਨ ਆਈਫੋਨ ਕੌਣ ਨਹੀਂ ਜਾਣਦਾ ਜੀ ਆਈਫੋਨ ਬਾਰੇ ਮੇਰੇ ਸਾਹਮਣੇ ਹਰ ਬੰਦੇ ਨੇ ਆਈਫੋਨ ਸੁਣਿਆ ਹੋਊਗਾ ਤੇ ਹੋ ਸਕਦਾ ਕਿਸੇ ਨਾ ਕਦੇ ਨਾ ਕਦੇ ਬੰਦੇ ਨੇ ਸੋਚਿਆ ਹੋਵੇ ਕਿ ਮੈਂ ਆਈਫੋਨ ਜ਼ਰੂਰ ਖਰੀਦੂੰਗਾ ਜਾਂ ਫਿਰ ਕਿਸੇ ਦੇ ਕੋਲ ਦੇਖਿਆ ਹੋਊਗਾ ਆਈਫੋਨ ਦੀ ਮੇਨ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਕਿ ਇਹਨਾਂ ਦੀ ਜਿਹੜੀ ਪਬਲਿਸਿਟੀ ਆ ਨਾ ਲੋਕਾਂ ਨੂੰ ਇਹਦੇ ਵਿੱਚ ਬਹੁਤ ਸਾਰੀਆਂ ਲਿਮਟਡ ਵੀ ਹੁੰਦੀਆਂ ਜਿਉਂਦੇ ਬਾਰੇ ਫਿਲਹਾਲ ਤਾਂ ਗੱਲ ਨਹੀਂ ਕਰਨੀ ਅਸੀਂ ਪਰ ਇਹਨਾਂ ਦੀ ਜੋ ਪਬਲਿਸਿਟੀ ਹੈ ਦੁਨੀਆ ਦੇ ਵਿੱਚ ਮੰਨੀ ਗਈ ਹੈ ਜੀ ਹਮੇਸ਼ਾ ਮਾਰਕੀਟਿੰਗ ਦੇ ਵਿੱਚ ਜਦੋਂ ਗੱਲ ਕੀਤੀ ਜਾਂਦੀ ਹੈ ਲੋਕਾਂ ਨੂੰ ਸਿਖਾਇਆ ਜਾਂਦਾ ਪਬਲਿਸਿਟੀ ਬਾਰੇ ਤਾਂ ਐਪਲ ਦੀ ਹੈ ਜਿਹੜੀ ਐਗਜ਼ਾਮਪਲ ਜ਼ਰੂਰ ਦਿੱਤੀ ਜਾਂਦੀ ਹੈ ਪਰ ਕਦੇ-ਕਦੇ ਕਹਿੰਦੇ ਆ ਜੀ ਬੁਲੰਦੀਆਂ ਉੱਤੇ ਗਿਆ ਬੰਦਾ ਨਾ ਬਹੁਤ ਗੱਲਾਂ ਨੂੰ ਭੁੱਲ ਵੀ ਜਾਂਦਾ ਇਦਾਂ ਹੀ ਕੁਝ ਐਪਲ ਨਾ ਹੋਇਆ ਜੀ ਐਪਲ ਨੂੰ ਇਟਲੀ ਦੇ ਵਿੱਚ 10 ਮਿਲੀਅਨ ਦਾ 10 ਮਿਲੀਅਨ ਯੂਰੋ ਦਾ ਜੁਰਮਾਨਾ ਹੋਇਆ ਜੀ 1 ਕਰੋੜ ਦਾ ਜੁਰਮਾਨਾ ਹੋਇਆ ਜੁਰਮਾਨਾ ਹੋਣ ਦਾ ਕਾਰਨ ਕੀ ਸੀ ਜੁਰਮਾਨਾ ਹੋਣ ਦਾ ਕਾਰਨ ਇਹ ਹੈ ਜੀ ਕਿ ਇਹਨਾਂ ਨੇ ਆਪਣੇ ਜਿਹੜੇ ਜਿੰਨੀਆਂ ਵੀ ਮਸ਼ਹੂਰੀਆਂ ਇਹਨਾਂ ਦੇ ਵਿੱਚ ਇਹ ਦਿਖਾ ਰਹੇ ਸੀ ਕਿ ਇਹਨਾਂ ਦਾ ਜਿਹੜਾ ਟੈਲੀਫੋਨ ਆ ਉਹ ਵਾਟਰਪੂਫ ਆ ਪਰ ਵਾਟਰਪੂਫ ਨਹੀਂ ਹੈਗਾ ਤੇ ਇਹ ਜਿਹੜੇ ਟੈਲੀਫੋਨ ਜਿੰਨੇ ਵੀ ਆ ਜਿ ਆਈਫੋਨ 8 ਆਈਫੋਨ 8 ਪਲਸ ਆਈਫੋਨ ਐਕਸ ਆ 11 11 ਪ੍ਰੋ 11 پرو ਮਾਰਕਸ ਤੇ ਉਸ ਤੋਂ ਬਾਅਦ ਐਕਸਸ ਤੇ ਐਕਸਸ ਮਾਰਕਸ ਜਿੰਨੇ ਵੀ ਫੋਨ ਸੀਗੇ ਸਾਰੇ ਦੇ ਸਾਰੇ ਇਹਨਾਂ ਨੇ ਇਹ ਦੱਸਿਆ ਸੀ ਆਪਣੀਆਂ ਮਸ਼ਹੂਰੀਆਂ ਦੇ ਵਿੱਚ ਕਿ 4 ਮੀਟਰ ਤੋਂ 1 ਮੀਟਰ ਦੀ ਗਹਿਰਾਈ ਤੱਕ ਗਰੀਓ ਨਾ ਅੱਧਾ ਘੰਟਾ ਜੇਕਰ ਪਾਣੀ ਦੇ ਵਿੱਚ ਡਿਗਾ ਰਹਿ ਡਿਗਾ ਰਹੂਗਾ ਆਈਫੋਨ ਤਾਂ ਉਹਨੂੰ ਕੁਝ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਉਹ ਵਾਟਰ ਪ੍ਰੂਫ ਹੈ ਪਰ ਬਹੁਤ ਵਾਰ ਐਦਾਂ ਵੀ ਹੋਇਆ ਕਿ ਲੋਕਾਂ ਦੇ ਫੋਨ ਕਿਤੇ ਪਾਣੀ ਦੇ ਵਿੱਚ ਡਿਗੇ ਤੇ ਨੀ ਨਾਲੇ ਚੱਕੇ ਤੇ ਉਹਨਾਂ ਦਾ ਟਾਈਲੀਫ ਆਈਫੋਨ ਜੋ ਖਰਾਬ ਹੋ ਗਿਆ ਤੇ ਜਿਹੜੀ ਆਈਫੋਨ ਦੀ ਗਾਰੰਟੀ ਲਿਸਟ ਹੁੰਦੀ ਉਹਦੇ ਵਿੱਚ ਸਪੈਸ਼ਲੀ ਲਿਖਿਆ ਹੁੰਦਾ ਕਿ ਲਿਕਵਿਡ ਤੋਂ ਹੋਇਆ ਗਿਆ ਡੈਮੇਜ ਉਹ ਗਾਰੰਟੀ ਦਾ ਹਿੱਸਾ ਨਹੀਂ ਹੈਗਾ ਤੇ ਇਸ ਚੀਜ਼ ਨੂੰ ਉਹਨਾਂ ਨੇ ਮੁੱਦਾ ਬਣਾਇਆ ਤੇ ਅੰਟੀਟ੍ਰਸਟ ਵੱਲੋਂ ਉਹਨਾਂ ਨੂੰ 1 ਕਰੋੜ ਯੂਰੋ ਦਾ ਜੁਰਮਾਨਾ ਕੀਤਾ ਗਿਆ ਕਿਉਂਕਿ ਪਾਣੀ ਵੀ ਇੱਕ ਲਿਕਵਿਡ ਜਦੋਂ ਜਿਸ ਵੇਲੇ ਉਹ ਕਹਿ ਰਿਹਾ ਕਿ ਉਹਨਾਂ ਦਾ ਟੈਲੀਫੋਨ ਉਹਨਾਂ ਦਾ ਆਈਫੋਨ ਵਾਟਰ ਪ੍ਰੂਫ ਆਫੇਰ ਕਿਉਂ ਲਿਕਵਿਡ ਨੂੰ ਗਾਰੰਟੀ ਦੇ ਵਿੱਚ ਨਹੀਂ ਮੰਨਿਆ ਜਾਂਦਾ ਬਹੁਤ ਵਾਰ ਮੰਨ ਵੀ ਲਿਆ ਜਾਂਦਾ ਪਰ ਬਹੁਤ ਬੰਦਿਆਂ ਨੂੰ ਫਿਰ ਪੈਸੇ ਦੇਣੇ ਪੈਂਦੇ ਤੇ ਇਦਾਂ ਹੀ ਹੁਣ ਜੁਰਮਾਨਾ 10 ਮਿਲੀਅਨ ਦਾ ਹੋ ਜੇ ਇੱਕ ਇੱਕ ਪਾਸਿਓਂ ਸ਼ੁਰੂਆਤ ਹੋ ਗਈ ਤਾਂ ਸਾਰੇ ਪਾਸੇ ਸ਼ੁਰੂਆਤ ਹੋਣੀ ਸ਼ੁਰੂ ਹੋ ਸਕਦੀ ਹੈ ਤੇ ਜਿੱਦਾਂ ਤੁਸੀਂ ਰੈਡ ਬੁੱਲ ਬਾਰੇ ਵੀ ਸੁਣਿਆ ਹੋਊਗਾ ਇੰਡੀਆ ਦੇ ਵਿੱਚ ਇੱਕ ਬੰਦੇ ਨੇ ਉਹ ਤੁਸੀਂ ਸੁਣ ਦੇਖੀ ਹੋਣੀ ਤੁਸੀਂ ਮਸ਼ੂਰੀ ਕਹਿੰਦੇ ਹੁੰਦੇ ਕਿ ਰੈਡ ਬੁੱਲ ਪੀਣ ਦੇ ਨਾਲ ਤੁਹਾਡੇ ਖੰਭ ਨਿਕਲ ਜਾਣਗੇ ਇੱਕ ਬੰਦੇ ਨੇ ਮਸ਼ੂਰੀ ਕੀਤੀ ਇੱਕ ਬੰਦੇ ਨੇ ਕੇਸ ਕੀਤਾ ਹੈ ਕਿ ਮੈਂ ਰੈਡ ਬੂਲ ਦੀਆਂ 10 ਬੋਤਲਾਂ ਪੀਲੀਆਂ ਵਾਰ ਮੇਰੇ ਖੰਭ ਕੀ ਮੇਰੇ ਦਾ ਕੁਝ ਵੀ ਨਹੀਂ ਨਿਕਲਿਆ ਐਦਾਂ ਦੇ ਕੇਸ ਹੁੰਦੇ ਆ ਜਿਹੜੇ ਕੰਜ਼ਿਊਮਰ ਕੋਰਟ ਦੇ ਵਿੱਚ ਜਾ ਕੇ ਕੀਤੇ ਜਾ ਸਕਦੇ ਤੁਸੀਂ ਵੀ ਕਰ ਸਕਦੇ ਹੋ ਫਿਰ ਲਵਲੀ ਦੇ ਉੱਤੇ ਵੀ ਐਦਾਂ ਦਾ ਇੱਕ ਕੇਸ ਹੋਇਆ ਸੀ ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਦੇ ਉੱਤੇ ਕੇਸ ਹੁੰਦਾ ਇਸ ਕਰਕੇ ਜ਼ਰੂਰੀ ਨਹੀਂ ਕਿ ਕਿ ਆਈਫੋਨ ਉੱਤੇ ਨਹੀਂ ਕਰਨਾ ਇਸ ਕਰਕੇ ਜਦੋਂ ਤੁਸੀਂ ਕੋਈ ਮਸ਼ੂਰੀ ਦੇਖਦੇ ਹੋ ਫਿਰ ਚਾਹ ਜਿਹੜੀ ਵੀ ਮਾਰਜੀ ਕੰਪਨੀ ਦੀ ਹੋਵੇ ਜੇ ਤੁਸੀਂ ਕੇਸ ਕਰਨਾ ਚਾਹੋ ਤਾਂ ਤੁਸੀਂ ਉਹਨਾਂ ਦੇ ਕਰ ਸਕਦੇ ਹੋ ਤੇ ਚਲੋ ਚੰਗਾ ਦੀ ਸਾਥੀ ਗੱਲ ਸਾਰਿਆਂ ਨੂੰ ਇਹ ਸੀ ਸਾਡੀਆਂ ਜੀ ਨੇ ਕੁਝ ਖਾਸ ਖਬਰ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ ਮਿਲਾਂਗੇ ਨੈਕਸਟ ਅਪਡੇਟ ਦੇ ਵਿੱਚ ਸ਼ਾਮ ਦੀਆਂ ਖਬਰਾਂ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ